ਪੰਜਾਬ ਦੇ ਵਿੱਚ ਕਰੋਨਾ ਦੇ ਚੱਲਦੇ ਸਕੂਲ ਬੰਦ ਕੀਤੇ ਹੋਏ ਨੇ ਤੇ ਜੇਕਰ ਗੱਲ ਕੀਤੀ ਜਾਵੇ ਲੈਰਾ ਗਾਗਾ ਦੀ ਤਾਂ ਲੈਰਾ ਗਾਗਾ ਦੇ ਵਿੱਚ ਸਕੂਲ ਖੁਲਵੋਣ ਨੂੰ ਲੈ ਕੇ ਲਗਾਤਾਰ ਮਾਮਲਾ ਪਕਤਾ ਹੋਇਆ ਨਜ਼ਰ ਆ ਰਿਹਾ ਹੈ ਦੱਸਿਆ ਕਿ ਲਗਾਤਾਰ ਵੱਖ-ਵੱਖ ਪਿੰਡਾਂ 'ਚ ਕਿਸਾਨ ਜਥੇਬੰਦੀਆਂ ਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਕੂਲ ਖੁਲਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਪਿੰਡ ਬਲਡਰਾ ਦੇ ਵਿੱਚੇ ਸਕੂਲ ਖੁਲਵਾਉਣ ਨੂੰ ਲੈ ਕੇ ਪਿੰਡ ਦੇ ਵਿੱਚ ਪੰਚਾਇਤ ਅਤੇ ਜਥੇਬੰਦੀਆਂ ਦੇ ਵੱਲੋਂ ਸਕੂਲ ਦੇ ਪ੍ਰਿੰਸੀਪਲ ਨੂੰ ਡੀਈਓ ਦੇ ਨਾਮ ਤੇ ਮੰਗ ਤਰਸੋਂ ਪਿਆ ਗਿਆ ਤਾਂ ਜੋ ਜਲਦ ਤੋਂ ਜਲਦ ਸਕੂਲ ਖੋਲੇ ਜਾਣ ਕਿ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਸਕੂਲ ਖੁਲਾਈ ਜਾਣ ਅਸੀਂ ਪੰਜਾਬ ਸਰਕਾਰ ਵੱਲੋਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਸਕੂਲ ਖੋਲੇ ਜਾਣ ਆਨਲਾਈਨ ਪੜ੍ਹਾਈ ਹੋ ਰਹੀ ਹੈ ਇਹਦੇ ਜਿੰਨੇ ਆਨਲਾਈਨ ਦੇ ਸਾਨੂੰ ਬਹੁਤ ਨੁਕਸਾਨ ਨਹੀਂ ਜੇ ਇੱਕ ਤਾਂ ਕੀ ਹੈ ਜਿੰਨਾ ਵੀ ਜੋ ਵੀ ਸਰਕਾਰੀ ਸਕੂਲ ਚ ਪੜਦਾ ਹੈ ਬਿਲਕੁਲ ਗਰੀਬ ਮੱਧ ਵਰਗ ਦੇ ਪਰਿਵਾਰਾਂ ਦੇ ਬੱਚੇ ਪੜਦੇ ਨਹੀਂ ਉਹ ਬੱਚੇ ਮਾਂ-ਵਾਪੇ ਇੰਨੇ ਗਰੀਬ ਨੇ ਕਿ ਪਹਿਲਾਂ ਤਾਂ ਇਹ ਦੇਖੋ ਜੀ ਅੱਜ ਦੀ ਮਹਿੰਗਾਈ 'ਚ 10-12000 ਦਾ ਮੋਬਾਈਲ ਲੈ ਕੇ ਆਣਾ ਪੈਂਦਾ ਹੈ 10-12000 ਦਾ ਮੋਬਾਈਲ ਆਂਦਾ ਹੈ ਟੀਚਰ ਸਾਹਿਬਾਨ ਕਲਾਸਾਂ ਲਾਂਦੇ ਨੇ ਮਾਂ-ਵਾਪਾ ਪਤਾ ਨਹੀਂ ਲੱਗਦਾ ਕਿ ਬੱਚਾ ਉਹਤੇ ਗੇਮ ਖੇਡ ਰਿਹਾ ਜਾਂ ਪੜਨ ਲੱਗ ਰਿਹਾ ਹੈ ਦੂਜਾ ਬੱਚਿਆਂ ਦਾ ਜੋ ਸਰੀਰਕ ਤੌਰ ਤੇ ਹੈ ਬੱਚਿਆਂ ਦਾ ਸਰੀਰਕ ਤੌਰ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਤੁਸੀਂ ਦੇਖੋ ਕੋਈ ਪੁਰਾਣਾ ਬਜ਼ੁਰਗ ਦੇਖ ਲਓ ਜੋ 100 ਸਾਲ ਦੇ ਉੱਪਰ ਉਹਦੇ ਸੈਅ ਚਸ਼ਮਾ ਨਹੀਂ ਲੱਗਿਆ ਹੋਊਗਾ ਤੁਸੀਂ ਅੱਜ ਕੋਈ ਛੋਟਾ ਜਿਹਾ ਬੱਚਾ ਦੇਖ ਲਓ ਜੋ ਨਰਸਰੀ ਦਾ ਹੈ ਪਰ ਇਹ ਨਰਸਰੀ ਦੇ ਬੱਚਿਆਂ ਦੇ ਚਸਮੇ ਲੱਗ ਰਹੇ ਨੇ ਇਹ ਸਾਰੀ ਮੋਬਾਈਲਾਂ ਦੀ ਦੇਣ ਹੈ ਵੀ ਇਹ ਆਨਲਾਈਨ ਪੜ੍ਹਾਈ ਹੈ ਜੋ ਵੀ ਚਲੋ ਗਵਰਨਮੈਂਟ ਨੇ ਇਹਨੂੰ ਕੋਵਿਡ ਦੇ ਕਾਨੂੰਨਾਂ ਨੂੰ ਦੇਖਦੇ ਹੋਏ ਇਹਨੂੰ ਕਰਿਆ ਲੇਕਿਨ ਇਹ ਬੱਚਿਆਂ ਦੇ ਭਵਿੱਖ ਲਈ